सरदार मंगल सिंह बाम काम को सेरा मुगल चक मान तीन पिंड जटा माना दे अच्छा ये भी मान सी ये भी मान वाह जी वाह हाँ नार पिंड मड़ियाला सांसी निशावरा सांसी मियां सांसी हाँ जी कुजरा आला सांसी हाँ जी ओठे जाके चौड़ी पुलिस पई है या कोई बड़ा पई अगो डक लिया अच्छा डक के फिर चौड़ी उठे हो लुटे गए ने मारे गए ने कोई किधर गया कोई पीछे आया कोई इन्होंने मशीन गन लाई सी अपनी गड्डी दे उते सरदार दे मुंडे ने मैं झूठ मेरे को बजना कोई नहीं हाँ जी मारिया सिख करके मारिया छोटा जा अपनी मां गया था कुड़ी का ब्याह सरदार मंगल सिंह की जनानी के दंद उचे सन गल आटा खाओ जेडी डोगरे दबो ते आप टुट गया बंगले बंगले जिसे ठंड हुए शिमला अच्छा शिमला चला गया सी शिमले आप चला गया बस आप नाल बच्चे भी चले गए सी बच्चे वजे वो हमेशा जाने अच्छा बस आप ये टूट जाना है ये असुन जा गया अच्छा जो तो इतने वाम कठी हुई है उस वेले कर दा इन्हें कौन जी सी इतने एक निका पुत्र सी निका पुत्र निका लाल जी अच्छा निका लाल दफा त्री का मजिस्ट्रेट सी अच्छा मजिस्ट्रेट सी हाँ जी अदालत करदा सी इनू बनन दा भी हुकम सी इनू 6 महीने बनन दा हुकम सी वाह जी वाह अच्छा बुजुर्गो एदे होर केड़े केड़े कारोबार सन बंदा बड़ा खैर खास सी गैरतमंद बंदा सी किसे दी थी पैण नु कोई जबरदस्ती हाथ ला दे मार के पिंडो कट दिना अच्छा हाँ वाह जी वाह हाँ तो वो जो पुत्र दो बजे जो था हाँ वड़ा बड़ा तो पास से उधर की ना सी लाल जी तो मन मानते था ना जेड़े जुआई हूँ देखा ना उन्होंने पाग जी अच्छा पाग जी ते जेड़े पुत्र ना उन्होंने लाल जी ना से कभी तक ले आई नहीं अच्छा ਅਸਲਾਮ ਵਾਲੇਕਮ ਜੀ ਸਤਿ ਸ਼੍ਰੀ ਅਕਾਲ ਅਦਾਬ ਦੋਸਤੋ ਸਾਹਿਬ ਦਾ ਪੰਜਾਬ ਦੀ ਟੀਮ ਪਿੰਡ ਕੋਟ ਸ਼ੇਰਾ ਦੇ ਵਿੱਚ ਪਹੁੰਚੇ ਹਾਂ ਅੱਜ ਕਹਾਣੀ ਸੁਣਾਂਗੇ ਸਰਦਾਰ ਮੰਗਲ ਸਿੰਘ ਦੀ ਬਜ਼ੁਰਗਾਂ ਨੇ ਸਰਦਾਰ ਮੰਗਲ ਸਿੰਘ ਨੂੰ ਖੁਦ ਵੇਖਿਆ ਵੀ ਹੈ ਉਹਨਾਂ ਦੇ ਨਾਲ ਕੰਮ ਵੀ ਕਰਦੇ ਰਹੇ ਨੇ ਆਓ ਮਿਲਦੇ ਹਾਂ ਅਤੇ ਗੱਲਬਾਤ ਸਾਂਝੀ ਕਰਦੇ ਹਾਂ ਅਸਲਾਮ ਵਾਲੇਕਮ ਬਾਬਾ ਜੀ ਵਾਲੇਕੁਮ ਅਸਲਾਮ ਵਰਹਮਤੁਲਲਾਹ ਵਬਰਕਾਤੋ ਕੀ ਹਾਲ ਚਾਲ ਹੈ ਤੁਹਾਡਾ ਮੇਰਾ ਹਾਲ ਸ਼ੁਕਰ ਹੈ ਅੱਲਾਹ ਦਾ ਬਜ਼ੁਰਗੋ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਲਾਮ ਰਸੂਲ ਬਲਦ ਉਮਰ ਦੀਨ ਉਮਰ ਦੀਨ ਜਾਤ ਜੱਟ ਘੁੰਮਣ ਵਾਹ ਜੀ ਵਾਹ ਅੱਛਾ ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਆ ਇਹਦਾ ਪੂਰਾ ਨਾਂ ਕੀ ਹੈ ਇਹਦਾ ਨਾਂ ਖਾਨਪੁਰ ਸਾਂਸੀ ਖਾਨਪੁਰ ਸਾਂਸੀ ਦੱਸਣਗੇ ਨਾ ਪੂਰੀ ਸਟੋਰੀ ਖਾਨਪੁਰ ਸਾਂਸੀ ਇਹਦਾ ਅਸਲ ਨਾਂ ਪਿਛਲਾ ਪੁਰਾਣਾ ਨਾਂ ਖਾਨਪੁਰ ਸਾਂਸੀ ਇਹਦਾ ਉਹਦੇ ਬਾ ਮਕਾਮ ਕੋਟ ਸ਼ੇਰਾ ਅੱਛਾ ਮੁਗਲ ਚੱਕ ਲੱਡੇ ਵਾਲਾ ਧਾੜੀ ਵਾਲ ਹਰਚੋ ਜਾਜੂ ਕੇ ਮੀਆਂ ਸਾਂਸੀ ਨਛੌਰਾ ਅੱਛਾ ਕੋਲਾ ਕੋਲੀ ਮਿਸ਼ਰੀ ਮਣੀ ਵਾਹ ਜੀ ਵਾਹ ਹਾਂਜੀ ਇਹਦੀ ਤਹਿਸੀਲ ਤੇ ਜ਼ਿਲ੍ਹਾ ਗੁਜਰਾਂਵਾਲਾ ਹੀ ਸੀ ਕਿਲਾ ਮੀਆਂ ਕਿਲਾ ਮੀਆਂ ਸਿੰਘ ਇਹ ਪਿੰਡ ਸਨ ਦੁਆਰੇ ਅੱਛਾ ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ 47 ਤੋਂ ਪਹਿਲੇ ਬਸਰਾ ਜੱਟ ਬਸਰਾ
ਬਸਰਾ ਜੱਟ ਜੱਟ ਬਸਰਾ ਅੱਛਾ ਜੱਟ ਢਿੱਲੂ ਉਹਨਾਂ ਦੇ ਆਲ ਨਜੋਤਰ ਸੀ ਨਜੋਤਰ ਅੱਛਾ ਗੁਲਾਮ ਮੰਮਦ ਮੀਆਂ ਮੰਮਦੀਨ ਮਹਿਰ ਹੁੰਦੇ ਸਨ ਸ਼ਫੀ ਮੰਮਦ ਮੀਆਂ ਬੁੱਢਾ ਸ਼ਾਹਦੀਨ ਮੰਮਦੀਨ ਮਰਜਈ ਹੁੰਦੇ ਸਨ ਮੰਮਦੀਨ ਕਰਮਦਾਦ ਅੱਛਾ ਮੌਲਾ ਬਖਸ਼ ਗੁਜਰ ਕੋਣੀ ਤੇ ਸਿੱਖਾਂ ਵਿੱਚੋਂ ਸਿੱਖਾਂ ਵਿੱਚੋਂ ਬੰਤਾ ਸਿੰਘ ਹਜ਼ਾਰਾ ਸਿੰਘ ਫਿਰ ਆਸਾ ਸਿੰਘ ਮੂਡਾ ਸਿੰਘ ਹਾਂਜੀ ਇਹ ਹੁੰਦੇ ਸਨ ਇਹ ਕਿਹੜੀ ਬਰਾਦਰੀ ਦੇ ਸਿੱਖ ਸਨ ਇਹ ਸਿੱਖ ਸਨ ਬਾਜਵੇ ਇੱਧਰ ਦੇ ਨਾਲੋਂ ਵਾਲਾ ਅੱਛਾ ਬਾਜਵੇ ਸਨ ਹਾਂ ਜਿਹੜਾ ਸਰਦਾਰ ਮੰਗਲ ਸਿੰਘ ਸੀ ਇਹਨਾਂ ਦਾ ਪਿੰਡ ਸੀ ਗੁਰਾਇਆ ਅੱਛਾ ਹਾਂਜੀ ਹੋਰ ਕੀ ਪੁੱਛਿਆ ਜਿਹੜਾ ਸਰਦਾਰ ਮੰਗਲ ਸਿੰਘ ਸੀ ਇਹਦੀ ਕਿਹੜੀ ਬਰਾਦਰੀ ਸੀ ਕਿਹੜਾ ਜੱਟ ਸੀ ਵਾਹ ਵਾਹ ਸਰਦਾਰ ਮੰਗਲ ਸਿੰਘ ਬਾਮ ਕਾਮ ਕੋਟ ਸੇਰਾ ਮੁਗਲ ਚੱਕ ਮਾਨ ਤਿੰਨ ਪਿੰਡ ਜੱਟਾਂ ਮਾਨਾਂ ਦੇ ਅੱਛਾ ਇਹ ਵੀ ਮਾਨ ਸੀ ਇਹ ਵੀ ਮਾਨ ਸੀ ਵਾਹ ਜੀ ਵਾਹ ਹਾਂ ਨਾਲ ਪਿੰਡ ਮੜਿਆਲਾ ਸਾਂ ਸੀ ਨਿਸ਼ੌਰਾ ਸਾਂ ਸੀ ਮੀਆਂ ਸਾਂ ਸੀ ਹਾਂਜੀ ਕੁਜਰਾਂ ਵਾਲਾ ਸਾਂ ਸੀ ਹਾਂਜੀ ਇਹ ਪਿੰਡ ਸਨ ਦੁਆਲੇ ਅੱਛਾ ਹੋਰ ਵੀ ਗਣਾ ਜਿਹੜਾ ਸਰਦਾਰ ਮੰਗਲ ਸਿੰਘ ਸੀ ਸਰਦਾਰ ਮੰਗਲ ਸਿੰਘ ਸਭ ਨੂੰ ਜ਼ਮੀਨ ਭਾਂਡੇ ਵਾਲਾ ਇਹੀ ਸੀ ਇਸ ਪਿੰਡ ਦੇ ਵਿੱਚ ਚੌਧਰੀ ਬੰਦਾ ਇਹੀ ਸੀ ਉਹ ਇਸ ਤਰ੍ਹਾਂ ਸੀ ਕਿ ਸਾਰਾ ਮਾਂ ਮਕਾਮ ਕੋਠੇ ਘਰ ਜ਼ਮੀਨ ਸਾਰਾ ਸ਼ੇਰੇ ਕੋਲ ਬਾਰਾਂ ਪਿੰਡਾਂ ਦੇ ਵਿੱਚ ਹੀ ਤੇ ਸਨ ਸਾਰੇ ਖਾਸ ਪਿੰਡ ਜਿਹੜੇ ਸਨ ਸ਼ੇਰੇ ਦਾ ਕੋਟ ਮਿਜਰੀ ਮੈਣੀ ਤੇ ਇੱਥੇ ਨਾ ਰੋਕੇ ਅੱਛਾ ਇਹ ਖਾਸ ਪਿੰਡ ਸਨ ਇਹਦੇ ਹੀ ਅੱਛਾ ਇਹਦੇ ਹੀ ਸਨ ਬਿਲਕੁਲ ਕੱਲੇ ਦੇ ਸਾਰੀ ਜ਼ਮੀਨ ਇਹਦੀ ਸੀ ਇਹਦੇ ਵਿੱਚ ਬਿਲਕੁਲ ਦੂਰ ਤੱਕ ਅੱਛਾ ਬਜ਼ੁਰਗੋ ਤੁਹਾਨੂੰ ਵੀ ਇਸ ਪਿੰਡ ਦੇ ਦਫਾ ਮਸ਼ਰੇ ਦਫਾ ਤਰੀ ਦਾ ਮਸ਼ਰੇੜ ਸੀ ਅੱਛਾ ਮਜਿਸਟ੍ਰੇਟ ਸੀ ਹਾਂਜੀ ਅਦਾਲਤ ਕਰਦਾ ਸੀ ਇਹਨੂੰ ਬੰਨਣ ਦਾ ਵੀ ਹੁਕਮ ਸੀ ਇਹਨੂੰ 6 ਮਹੀਨੇ ਬੰਨਣ ਦਾ ਹੁਕਮ ਸੀ ਵਾਹ ਜੀ ਵਾਹ ਅੱਛਾ ਬਜ਼ੁਰਗੋ ਇਹਦੇ ਹੋਰ ਕਿਹੜੇ ਕਿਹੜੇ ਕਾਰੋਬਾਰ ਸਨ ਕਾਰੋਬਾਰ ਦਾ ਇੱਕ ਵੀ ਨਹੀਂ ਸੀ ਸਰਦਾਰ ਸੀ ਸਰਦਾਰੀ ਕਰਦਾ ਸੀ ਅੱਛਾ ਤੇ ਆਪਣਾ ਕੋਈ ਇਹਦੀ ਨਵੀਂ ਅਦਾਲਤ ਵੀ ਨਹੀਂ ਸੀ ਕਰਦਾ ਲੋੜ ਕਦੀ ਪੈਦ ਕਰਦਾ ਇੰਨੇ ਜਣੇ ਸੀ ਨਹੀਂ ਗਰੀਬਾਂ ਦੀ ਹਮਾਇਤ ਕਰਦਾ ਸੀ ਸਾਨੂੰ ਗਰੀਬਾਂ ਦਾ ਬੜਾ ਖੈਰ ਖਾਹ ਸੀ ਗੈਰਤਮੰਦ ਬੰਦਾ ਸੀ ਕਿਸੇ ਦੀ ਧੀ ਭੈਣ ਨੂੰ ਕੋਈ ਜ਼ਬਰਦਸਤੀ ਹੱਥ ਲਾ ਦੇ ਮਾਰ ਕੇ ਪਿੰਡੋਂ ਕੱਢ ਦਿੰਦਾ ਅੱਛਾ ਹਾਂ ਵਾਹ ਜੀ ਵਾਹ ਹਾਂ ਤੇ ਉਹਦੇ ਪੁੱਤਰ ਦੋਵੇਂ ਜਿਹੜੇ ਸਨ ਹਾਂ ਵੱਡਾ ਬੜਾ ਪਾਸ ਸੀ ਉਹਦਾ ਕੀ ਨਾਂ ਸੀ ਲਾਲ ਜੀ ਤੋਂ ਮਨ ਮੰਨਦੇ ਸਨ ਜਿਹੜੇ ਜਵਾਈ ਹੁੰਦੇ ਸਨ ਉਹਨਾਂ ਨੂੰ ਭਾਗ ਜੀ ਅੱਛਾ ਭਾਗ ਜੀ ਤੇ ਜਿਹੜੇ ਪੁੱਤਰ ਹੁੰਦੇ ਸਨ ਉਹਨਾਂ ਨੂੰ ਲਾਲ ਜੀ ਨਾਂ ਤੇ ਕਦੀ ਲਿਆ ਹੀ ਨਹੀਂ ਅੱਛਾ ਪੁੱਤਰ ਜਵਾਨ ਸਨ ਪੁੱਤਰ ਜਵਾਨ ਦੋ ਦਾੜੀਆਂ ਵਾਲੇ ਅੱਛਾ ਲਿਆਇਆ ਇੱਕ ਉਹ ਵੱਡਾ ਪਾਸ ਕਰਨ ਗਿਆ ਜੀ ਉੱਥੇ ਨਿਯਮ ਲਿਆਇਆ ਅੱਛਾ ਬਾਹਰੋਂ ਹੀ ਆਹੋ ਵਾਹ ਜੀ ਵਾਹ ਤੇ ਉਦੋਂ ਲੜਾਈ ਨਹੀਂ ਕੀਤੀ ਸਰਦਾਰ ਨੇ ਕਿ ਮੇਮ ਨਾ ਕਿਉਂ ਵਿਆਹ ਕੀਤਾ ਜੀ ਨਾ ਨਾ ਉਸ ਬਾਪ ਜਿਹੜਾ ਸੀ ਉਹ ਲੜਾਈ ਕਰਨ ਵਾਲਾ ਬੰਦਾ ਹੀ ਨਹੀਂ ਅੱਛਾ ਉਹ ਸਰਦਾਰ ਮੰਗਲ ਸਿੰਘ ਜਿਹੜਾ ਸੀ ਨਾ ਉਹਨੂੰ ਤੇ ਇਹ ਵੀ ਨਹੀਂ ਸੀ ਪਤਾ ਮੇਰਾ ਮਜ਼ਾਰਾ ਕਿਹੜਾ ਕਿਹੜਾ ਅੱਛਾ ਨਾ ਅੱਗੇ ਪਿਰਥਾ ਸਿੰਘ ਸਿੱਖ ਸੀ ਬੜਾ ਜਵਾਨ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ ਜੁੜੋ ਨੇੜਿਓ ਅੱਛਾ ਉਹਨੂੰ ਜ਼ੈਲਦਾਰੀ ਦਿੱਤੀ ਗਈ ਸੀ ਅੱਛਾ ਕਾਰੋਬਾਰ ਉਸੇ ਸੰਭਾਲਿਆ ਅੱਛਾ ਆਪ ਨਹੀਂ ਸੀ ਕਰਦਾ ਨਾ ਕੋਈ ਨਹੀਂ ਪਿੰਡ ਦੇ ਵਿੱਚ ਉਹਨੇ ਕਿਸੇ ਨੂੰ ਚੰਗੀ ਨਹੀਂ ਆਖਣੀ ਮੰਗਣੀ ਮਾਰਨਾ ਤਦ ਵੀ ਉੱਥੇ ਹੀ ਹਾਂ ਜ਼ਮੀਨ ਲੈਣੀ ਹੈ ਤੇ ਉਸ ਖੋਣੀ ਹੈ ਤੇ ਉਹ ਅੱਛਾ ਹਾਂ ਇਹ ਜਿਹੜੇ ਦੂਸਰੇ ਤੁਹਾਡੇ ਵਰਗੇ ਜੱਟ ਹੋਰ ਇੱਥੇ ਲਿਆ ਕੇ ਵਸਾਏ ਸੀ ਇਹਨਾਂ ਨੇ ਵਸਾਏ ਸੀ ਜੱਟਾਂ ਦੀ ਸੁਣ ਲੈ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਫਿਰ ਲੁਧਿਆਣਾ ਇਹ ਸਾਰੇ ਲੋਕ ਇਕੱਲਾ ਦੁਕੱਲਾ ਘਰ ਇੱਥੇ ਆ ਗਏ ਤੇ ਮਦਾਰ ਕੀਤੀ ਮਦਾਰ ਕਿਸੇ ਨੂੰ ਜਾਣਦੇ ਹੋ
ਨਹੀਂ ਤੁਸੀਂ ਦੱਸੋ ਆ ਜਿਹੜੀ ਲੋਕਾਂ ਦੀ ਜ਼ਮੀਨ ਵਾਹੀ ਜੀ ਕਿੱਥੇ ਅੱਛਾ ਹਿੱਸੇ 'ਚ ਮਜ਼ਾਰਿਆ ਕਹਿ ਲਓ ਮਜ਼ਾਰਾ ਆਪੇ ਲੋਕ ਜਾ ਕੇ ਮਾਮਲਾ ਦੇ ਹੁੰਦੇ ਅੱਛਾ ਉਹ ਵੀ ਲੰਬੜਦਾਰ ਇੱਥੇ ਨੀ ਸਰਦਾਰ ਲੰਬੜਦਾਰ ਦਾ ਨਾਮ ਹੀ ਨੀ ਸੀ ਹਿੰਦੂ ਵੀ ਰਹਿੰਦੇ ਸੀ ਪਿੰਡ ਦੇ ਵਿੱਚ ਪਿੰਡ ਨੂੰ ਆਉਂਦਾ ਸੀ ਨਹੀਂ ਹਿੰਦੂ ਹਿੰਦੂ ਯਾਰ ਖਤਰੇ ਖੁਤਰੇ ਆਖਰ ਆਏ ਅੱਛਾ ਉਹਨਾਂ ਦਾ ਕੋਈ ਨਾਂ ਯਾਦ ਨੇ ਬੜੇ ਯਾਦ ਨਾਂ ਉਹ ਦੱਸੋ ਹਾਂ ਕਿਹੜੇ ਹਿੰਦੂ ਸਨ ਇੱਥੇ ਕਰਤਾਰ ਖੱਤਰੀ ਸੋਹਣਾ ਖੱਤਰੀ ਮੋਹਣਾ ਖੱਤਰੀ ਪੰਡਿਤ ਜੀ ਗੋਗੋ ਰਾਮ ਅੱਛਾ ਆਈਏ ਸਮਝ ਇਹ ਇਹ ਲੋਕ ਹਿੰਦੂ ਸਨ ਸਿੱਖ ਤੁਹਾਨੂੰ ਗਿਣ ਕੇ ਦੱਸੇ ਸਨ ਪਹਿਲੋਂ ਵੀ ਹੋਰ ਪਿਆ ਗਿਣਾਂਗਾ ਹੁਣ ਸਿੱਖਾਂ ਦੇ ਨਾਂ ਅੱਛਾ ਬਜ਼ੁਰਗੋ ਇੱਥੇ ਮਸਜਿਦਾਂ ਕਿੰਨੀਆਂ ਸੀ ਉਸ ਵੇਲੇ ਮਸਜਿਦ ਉਸ ਪਿੰਡ ਇੱਕ ਮਸਜਿਦ ਸਰਦਾਰ ਮੰਗਲ ਸਿੰਘ ਦੇ ਵੇਲੇ ਮਸਜਿਦ ਹੈ ਹੀ ਕੋਈ ਨਹੀਂ ਸੀ ਇੱਕੋ ਹੀ ਉਹ ਪਿੰਡ ਸੀ ਅੱਛਾ ਤੇ ਗੁਰਦੁਆਰਾ ਹੈਗਾ ਸੀ ਉਸ ਵੇਲੇ ਉਸ ਪਿੰਡ ਗੁਰਦੁਆਰਾ ਸੀ ਅੱਛਾ ਤੇ ਹਿੰਦੂਆਂ ਦਾ ਮੰਦਰ ਮੰਦਰ ਕੋਈ ਸੀ ਗੁਰਦੁਆਰਾ ਸੀ ਅੱਛਾ ਅੱਛਾ ਤੇ ਉੱਥੇ ਇੱਕ ਭਾਈ ਰਹਿੰਦਾ ਸੀ ਸੰਖ ਵਿੱਚ ਜਾਂਦਾ ਸੀ ਬੱਕਰ ਦੇ ਬੱਕਰ ਸ਼ਾਮ ਹੋਰ ਕੋਈ ਗੱਲ ਨੀ ਸੀ ਕੋਈ ਬਾਤ ਨਹੀਂ ਇਹ ਜਿਹੜੀ ਕੋਠੀ ਬਣਾਈ ਸਰਦਾਰ ਮੰਗਲ ਸਿੰਘ ਨੇ ਹਾਂ ਜੀ ਇਹ ਕਿਹੜੇ ਸਨ 'ਚ ਬਣਾਈ ਸੀ ਇਹ ਸਨ ਮੈਨੂੰ ਇਹ ਦੱਸੋ ਮੈਂ ਜੰਮਿਆ ਸਾ ਜਦੋਂ ਕੋਠੀ ਤੁਹਾਡਾ ਜਨਮ ਕਿਹੜੇ ਸਨ ਦਾ ਮੇਰਾ ਜਨਮ ਆ ਹੁਣ ਗਿਣਦਾ ਨਾ ਹਾਂਜੀ ਮੈਂ ਤੁਹਾਨੂੰ ਦੱਸਿਆ ਵੀ ਸਨ ਨਹੀਂ ਆ ਕੋਲੋਂ ਜਾਣਾ ਨੱਬੇ ਤੇ ਨੜਿਨਵੇਂ ਬਾਰਾਂ ਸੌ ਨੜਿਨਵੇਂ ਦਾ ਜਨਮ ਹੈ ਤੁਹਾਡਾ ਮੇਰਾ ਖਬਰੇ ਕਦੋਂ ਜਨਮ ਗੱਲ ਸੁਣਨਾ ਮੇਰੀ ਮੈਂ ਆ ਗੱਲ ਮੇਰੀ ਉਮਰ ਦੋ ਕੰਮ ਸਾਲ ਹੋ ਗਏ ਨੇ ਸੌ ਚ ਦੋ ਕੰਮ ਅੱਛਾ 98 ਸਾਲ ਅੱਗੋਂ ਤੋਂ ਸਾਫ ਰਹਾ ਅੱਛਾ ਉਦੋਂ ਦੀ ਬਣੀ ਹੈ ਕੋਠੀ ਉਦੋਂ ਬਣੀ ਹੈ ਮੈਂ ਜੰਮਿਆ ਤੇ ਕੋਠੀ ਬਣਨ ਲੱਗੀ ਸੀ ਅੱਛਾ ਇਹਨੂੰ ਇੱਥੇ ਵਾਹੀ ਕਰਦੇ ਸਨ ਲੋਕ ਅੱਛਾ ਕੋਠੀ ਵਾਲੇ ਪਹਿਲੇ ਇਹਨਾਂ ਦਾ ਘਰ ਕਿੱਥੇ ਸੀ ਫਿਰ ਉਸ ਪਿੰਡ ਨਹੀਂ ਜਿੱਥੇ ਕੋਠੀ ਬਣਾਈ ਉੱਥੇ ਹੀ ਘਰ ਹੁੰਦਾ ਸੀ ਪਹਿਲਾਂ ਉੱਥੇ ਕੋਠੀ ਸੀ ਉਹਦੀ ਪੂਰੀ ਜਿਹੀ ਕੋਠੀ ਅੱਛਾ ਤੇ ਫਿਰ ਜਦੋਂ ਇਹ ਕੋਠੀ ਬਣੀ ਹੈ ਨਾ ਇਹ ਫਿਰ ਕੋਠੀ ਬਣਦੀ ਸੀ ਤੇ ਇੱਕ ਮੌਲਵੀ ਸੀ ਜਿਹੜਾ ਇਸ ਕੋਠੀ ਦੇ ਤੇ ਮੌਤ ਦੇ ਸੀ ਅੱਛਾ ਇੱਕ ਮਾੜੀ ਲੱਗ ਜਾਏ ਨਾ ਬਣਿਆ ਕੋਠਾ ਟਾ ਦਿੰਦੇ ਅੱਛਾ ਮੁਸਲਮਾਨ ਮੌਲਵੀ ਜਿਹੜਾ ਸੀ ਉਹ ਇਹਦੀ ਹਿਫਾਜ਼ਤ ਕਰ ਰਿਹਾ ਸੀ ਉਹੀ ਬਣਵਾ ਰਿਹਾ ਸੀ ਮੁਸਲਮਾਨਾਂ ਦਾ ਦੁਸ਼ਮਣ ਨਹੀਂ ਸੀ ਮੰਗਾਂ ਦਿੰਦੇ ਸਨ ਉਹਦੇ ਪਿੰਡ ਸਿੱਖਾਂ ਦੇ ਪਿੰਡਾਂ 'ਚ ਮੰਗਾਂ ਨੇ ਸਨ ਦੇਣ ਦਿੰਦੇ ਮੁਗਲ ਚੱਕ ਅੱਛਾ ਮੁਗਲ ਚੱਕ ਇਹਨੇ ਜਾ ਕੇ ਬੰਗ ਖਲਾਈ ਅੱਛਾ ਵਾਹ ਜੀ ਵਾਹ ਇਹਦਾ ਮਤਲਬ ਪਿਆਰ ਮੁਹੱਬਤ ਸੀ ਪੂਰਾ ਮੈਂ ਕਿਹਾ ਏਡਾ ਤਨਾ ਬੰਦਾ ਚੰਗਾ ਬੰਦਾ ਸੀ ਸਿਰਫ ਨਸੀਬ ਨਹੀਂ ਹੋਇਆ ਤੇ ਕਲਮਾ ਨਹੀਂ ਬੰਦਾ ਬੰਦੇ ਦੀ ਛੱਕ ਕੋਈ ਨਹੀਂ ਅੱਛਾ ਕੋਠੀ ਦੇ ਵਿੱਚ ਕੋਈ ਤੁਸੀਂ ਤੇ ਗਏ ਹੋਣੇ ਉਸ ਵੇਲੇ ਆਪਣੀ ਹੋਸ਼ 'ਚ ਕਿੰਨੇ ਕਮਰੇ ਸੀ ਇੱਥੇ 48 ਕਮਰੇ ਵਾਹ ਜੀ ਵਾਹ ਤੇ ਬਾਗ ਵੀ ਲੱਗਾ ਸੀ ਇੱਥੇ ਬਾਗ ਨਾਲ ਲੱਗਿਆ ਸੀ ਮੁਰੱਬਾ ਜਿਹੜੇ 17 ਕਿੱਲਿਆਂ 'ਚ ਕੋਠੀ ਹੈ ਉਹਦੇ ਵਿੱਚ ਵੀ ਬਾਗ ਸੀ ਵਾਹ ਜੀ ਵਾਹ ਤੇ ਖੂਹ ਵੀ ਵਿੱਚ ਹੀ ਸੀ ਖੂਹ ਵਿੱਚ ਸੀ ਜਿੱਥੋਂ ਮਾਲ ਡੰਗਰ ਨੂੰ ਪਾਣੀ ਡਾਂਦੇ ਤੁਹਾਨੂੰ ਅੱਛਾ ਉਸ ਵੇਲੇ ਟੈਲੀਫੋਨ ਦੀਆਂ ਲੈਣਾ ਵੀ ਵਿਛਾਈਆਂ ਸੀ ਬਿਲਕੁਲ ਬਿਲਕੁਲ ਇਹਦੇ ਦੇ ਕੋਟ ਤੱਕ ਕੁਝ ਰਾਣੇ ਤਾਂ ਅੱਛਾ ਉਹ ਤਾਂ ਪਿੱਛੋਂ ਦਾ ਮੈਨੂੰ ਨਹੀਂ ਪਤਾ ਕਿੱਥੋਂ ਤੱਕ ਜਾਂਦੇ ਸਨ ਤੇ 12 ਆਉਂਦੇ ਹਨ ਬੜੇ ਲੋਹੇ ਦੇ ਲੱਗੇ ਅੱਛਾ ਤੇ ਜਨਰੇਟਰ ਰੱਖਿਆ ਹੁੰਦਾ ਸੀ ਉਸ ਵੇਲੇ ਇੱਥੇ ਜਨਰੇਟਰ ਨੂੰ ਕੀ ਕਰਨਾ ਉੱਥੇ ਪਿੱਛੇ ਕੋਲ ਛਾਂ ਕਰਦਾ ਸੀ ਉਹ ਟੈਲੀਫੋਨ ਨਹੀਂ ਨਹੀਂ ਟੈਲੀਫੋਨ ਨਹੀਂ ਬਿਜਲੀ ਵਾਸਤੇ ਜਨਰੇਟਰ ਰੱਖਿਆ ਸੀ ਬਿਜਲੀ ਵਾਸਤੇ ਉਹਨਾਂ ਨੇ ਅਚੇਚਾ ਆਪ ਬਣਾ ਕੇ ਨਾ ਆਈਆਂ ਨਾ ਕੋਠੀ ਦੇ ਵਿੱਚ ਉਹ ਲਾਇਆ ਜਿਹੜਾ ਕੋਠੀ 'ਚ ਕੰਮ ਆਉਂਦਾ ਵਾਹ ਜੀ ਵਾਹ ਅੱਛਾ ਬਜ਼ੁਰਗੋ ਸਰਦਾਰ ਮੰਗਲ ਸਿੰਘ ਕੁੜੀਆਂ ਕੁੜੀਆਂ ਦੋਂ ਦੀ ਮੈਂ ਸ਼ਾਦੀ ਵੀ ਵੇਖੀ ਹੈ ਦੇਖੀ ਇੱਕ ਤੇ ਅੰਮ੍ਰਿਤਸਰ ਸਥਾਨ
ਰਹਿ ਹੋਇਆ ਅੰਮ੍ਰਿਤਸਰ ਦੇ ਵਿੱਚ ਉਹ ਸਾਂਝੀ ਕਰਕੇ ਮੰਨ ਲੈ। ਅੱਛਾ ਅੰਮ੍ਰਿਤਸਰ ਦੇ ਵਿੱਚ ਵਿਆਹ ਹੋਇਆ ਸੀ ਕੁੜੀ ਦਾ? ਇੱਕ ਕੁੜੀ ਦਾ ਅੰਮ੍ਰਿਤਸਰ ਸੰਗਰੂਰ ਇਸ ਤਰ੍ਹਾਂ ਖਿਲਰੀਆਂ ਫੁੱਟੀਆਂ ਕੁੜੀਆਂ। ਕੁੜੀਆਂ ਕਿੰਨੀਆਂ ਸੀ ਸਰਦਾਰ ਦੀ? ਛੇ। ਅੱਛਾ ਛੇ ਕੁੜੀਆਂ ਸੀ। ਛੇ ਕੁੜੀਆਂ, ਇੱਕ ਜਿਹੜੀ ਸੀ ਉਹ ਛਡੈਣ ਸਰਦਾਰ। ਅੱਛਾ ਸਿੱਧੀ ਸੀ, ਉਹਨੂੰ ਨਹੀਂ ਸਤੂ ਪਿਆ। ਪਟਿਆਲੇ ਵਾਲੇ ਨਾਲ ਵੀ ਰਿਸ਼ਤੇਦਾਰੀ ਸੀ ਇਹਨਾਂ ਦੀ? ਹੈਂ, ਪਟਿਆਲੇ ਵਾਲੇ ਰਾਜੇ ਨਾਲ ਵੀ ਰਿਸ਼ਤੇਦਾਰੀ ਸੀ? ਰਾਜੇ ਨਾਲ ਰਿਸ਼ਤੇਦਾਰੀ ਦੇਖੇ ਨਾ, ਬਹੁਤ ਨਹੀਂ ਮੈਨੂੰ ਪਤਾ ਪਟਿਆਲਾ ਇੱਥੇ ਤੇ ਨਹੀਂ ਜਿਹਨੂੰ ਹੁੰਦਾ। ਨਹੀਂ ਨਹੀਂ, ਕਿੰਨੇ ਨੇ ਰਿਸ਼ਤੇਦਾਰੀ ਸੀ ਇਹਦੀ ਸਰਦਾਰ ਦੀ? ਸਰਦਾਰ ਦੀ ਜੇ ਆਪ ਵਿਆਹ ਹੈ ਸਾਡੇ। ਓਹੋ, ਉਹ ਵੀ ਸਰਦਾਰ ਸੀ। ਉਹਦੇ ਮਜੀਠਾ। ਮਜੀਠਾ, ਹਾਂ। ਅੱਛਾ, ਉਹਨਾਂ ਘਰ ਵਿਆਹਿਆ ਸੀ? ਮਜੀਠੇ ਵਿਆਹਿਆ ਸੀ। ਅੱਛਾ, ਸਹੀ ਹੋ ਗਿਆ। ਬੜਾ ਚੰਗਾ ਸਦਾ ਸੀ, ਘੋੜੀਆਂ ਰੱਖੀਆਂ ਸਨ ਇੱਕ ਕਿੱਲੇ ਦੀ ਲੈਣ ਉੱਤੇ। ਅੱਛਾ, ਇੱਕ ਕਿੱਲੇ ਦੀ ਲੈਣ 'ਚ ਘੋੜੀਆਂ ਸੀ? ਘੋੜੀਆਂ ਵਧੀਆ ਤੋਂ ਵਧੀਆ। ਤੇ ਡੰਗਰ ਤੇ ਕੁਝ ਸੁਣੋ ਨਾ, ਘੋੜੀਆਂ ਤੇ ਇੱਕ ਜੋ ਘੋੜਾ ਹੈ ਜਿਹਦੇ ਬੱਗੀਆਂ ਤੇ ਕਾਰਾਂ ਵੀ ਨੇ। ਅੱਛਾ, ਉਸ ਵੇਲੇ ਕਾਰਾਂ ਵੀ ਰੱਖੀਆਂ? ਕਾਰਾਂ ਵੀ ਹੈ ਸਨ। ਕਾਰਾਂ ਵੀ ਸਨ ਤੇ ਦੂਜੀ ਇਹ ਗੱਲ ਹੈ ਕਿ ਉਸ ਵੇਲੇ ਸਰਦਾਰ ਨੂੰ ਮੈਂ ਆਪ ਵੇਖਿਆ ਘੋੜੀ ਤੇ ਚੜ੍ਹ ਕੇ ਬਾਹਰ ਨਿਕਲ ਗਿਆ। ਹਾਂਜੀ, ਤੇ ਨਿਆਣਾ ਕੱਦ ਸੀ, ਹੌਲਾ ਜਿਹਾ। ਅੱਛਾ, ਤੇ ਮੁੰਡਾ ਜਿਹੜਾ ਸੀ ਇੱਕ ਦਾ ਸੀ ਉੱਕਾ ਹੀ ਕੱਦ ਮਾੜਾ ਜਿਹਾ। ਅੱਛਾ, ਇੱਕ ਦਾ ਮੇਰੇ ਜਿੱਡਾ ਆਇਆ ਸੀ। ਅੱਛਾ, ਮੋਟਾ ਸੀ ਕਿ ਪਤਲਾ ਸੀ ਸਰਦਾਰ? ਨਾ, ਮੋਟੇ ਕੁਣਾਂ ਜਿੱਡਾ ਦਾ ਮੈਂ ਮਾ ਮੋਟੇ। ਅੱਛਾ, ਤੇ ਆਪ ਦੇ ਸਰਦਾਰ ਬਿਲਕੁਲ ਹੀ ਛੀਟ ਕਰ ਗਿਆ ਸੀ। ਹਾਂਜੀ, ਹੋਰ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਜਦੋਂ ਪਾਕਿਸਤਾਨ ਬਣਿਆ, ਆਹੋ, ਉਸ ਵੇਲੇ ਕੀ ਬੀਤੀ ਇਹਨਾਂ ਉੱਤੇ, ਕਿਵੇਂ ਆ ਲੋਕ ਇੱਥੋਂ ਗਏ? ਇੱਥੇ ਇਹਦੇ ਕੋਲ ਮੁਲਕ ਇਕੱਠਾ ਹੋ ਗਿਆ, ਵਜ਼ੀਰਾਂ ਮਾਨੋ ਅਗਾਂ ਦੂਰ ਤੱਕ, ਇਤਨੋਂ ਉਤਨੋਂ ਸਿੱਖੀ ਇਕੱਠੀ ਹੋ ਗਈ ਹੈ ਬੜੀ। ਆਲੇ ਦੁਆਲੇ ਪਿੰਡ ਇੱਥੇ ਇਕੱਠੇ ਹੋ ਗਏ? ਇੱਥੇ ਇਕੱਠੇ ਹੋ ਗਏ, ਦਸਾਂ ਵੀਹਾਂ ਕਿੰਨੀਆਂ ਚ। ਅੱਛਾ, ਦੁਨੀਆਂ ਬਹਿ ਗਈ ਤੇ ਖਰਾਸ ਜੋ ਆ ਦਿੱਤੇ ਨੇ ਤੇ ਆਖਿਆ ਗੱਲ ਅਗਰ ਆਟਾ ਖਾਓ ਮੇਰੀ ਡੋਗੜੇ ਦਵੋ ਤੇ ਆਪ ਡੁੱਬ ਗਿਆ ਸੀ ਉੱਥੇ ਬੰਗਲੇ ਬੰਗਲੇ ਜਿੱਥੇ ਠੰਡ ਹੋਏ ਸ਼ਿਮਲਾ। ਅੱਛਾ, ਸ਼ਿਮਲਾ ਚਲਾ ਗਿਆ ਸੀ? ਸ਼ਿਮਲੇ ਆਪ ਚਲਾ ਗਿਆ, ਵਿਸਾਖ ਨਾਲ ਬੱਚੇ ਵੀ ਚਲੇ ਗਏ ਸੀ? ਬੱਚੇ ਉਹਦੇ ਉਹ ਹਮੇਸ਼ਾ ਜਾਂਦੇ ਸੀ। ਅੱਛਾ, ਵਿਸਾਖ ਦੇ ਟੁੱਟ ਜਾਣਾ ਤੇ ਅਸੂੰ ਜਾ ਗਿਆ। ਅੱਛਾ, ਜਦੋਂ ਇੱਥੇ ਵਾਮ ਇਕੱਠੀ ਹੋਈ ਹੈ ਉਸ ਵੇਲੇ ਘਰ ਦਾ ਇਹਨਾਂ ਦਾ ਕੌਣ ਜੀ ਸੀ ਇੱਥੇ? ਇੱਕ ਨਿੱਕਾ ਪੁੱਤਰ ਸੀ। ਨਿੱਕਾ ਪੁੱਤਰ? ਨਿੱਕਾ ਲਾਲ ਜੀ। ਅੱਛਾ, ਨਿੱਕਾ ਲਾਲ। ਅੱਛਾ, ਉਹ ਇੱਥੇ ਹੀ ਸੀ? ਕੁਵਾਰਾ ਸੀ ਉਹ? ਕੁਵਾਰਾ ਸੀ, ਜਦੋਂ ਕਹਿ ਰਹੇ ਉਦੋਂ ਵੀ ਉਹ ਇੱਕ ਪਾਦਰੀ ਸੀ, ਉਹ ਉਸ ਪਾ ਕੇ ਨਾ ਕਾਰ ਚ ਕੋਠੀ ਦੇ ਵਿੱਚੋਂ ਦੀ ਅੱਗੇ ਬਾਗ ਸੀ ਤੇ ਬਾਗ ਦੇ ਵਿੱਚ ਦਰਵਾਜ਼ਾ ਲਗਾਇਆ ਸੀ। ਅੱਛਾ, ਅੱਗੋਂ ਫਿਰ ਛੜਕੇ ਵਿੱਚ ਰਾਜਾ ਜਾਗ ਕਰਦਾ ਉਹ ਬਾਹ ਕੇ ਉਸਦੇ ਪਾਦਰੀ ਨੇ ਤੇ ਉਹ ਲੈ ਗਿਆ ਸੀ ਉਹਨੇ। ਦੁਨੀਆਂ ਰੋਂਦੀ ਤੇ ਕਰਾਂਦੀ, ਬੱਚੇ ਹੱਥਾਂ ਦੇ ਫੜੇ, ਮਾਲ ਡੰਗਰ, ਸਰਦਾਰ ਮੰਗਲ ਕੋਲ ਮੱਝੀ ਸਨ ਨੀਲੀ ਦੀਆਂ। ਅੱਛਾ, ਘੋੜੀਆਂ ਸਨ ਤੇ ਬਾਈ ਗਾਈ ਸਾਰੀ ਆਲ ਦੀਆਂ ਉਹਦੀਆਂ ਹਾਥੀ ਨਸਾਰ ਦੀਆਂ। ਅੱਛਾ, ਮਾਲ ਵੀ ਬੜਾ ਸੀ ਤੇ ਬਾਈ ਵੀ ਕਰਾਉਂਦਾ ਸੀ, ਟੱਗੇ ਵੀ ਰੱਖੇ। ਅੱਛਾ, ਹੈਂ, ਤੇ ਹੋਰ ਜੋ ਪੁੱਛਣਾ? ਨਹੀਂ, ਇਸ਼ਾ ਵੇਲੇ ਜਦੋਂ ਨਿਕਲੇ ਨੇ, ਜਦੋਂ ਨਿਕਲੇ ਨੇ ਮੈਂ ਜਮਾਨ ਤੇ ਮੇਰਾ ਵਿਆਹ ਹੋ ਗਿਆ ਸੀ। ਹਾਂਜੀ, ਵਿਆਹ ਮੇਰਾ ਹੋ ਗਿਆ। ਨਹੀਂ ਨਹੀਂ, ਜਦੋਂ ਉਹ ਨਿਕਲੇ ਨੇ ਇੱਥੋਂ, ਮੈਂ ਇੰਨੀ ਉਮਰ ਦਾ ਸਾ, ਮੇਰਾ ਵਿਆਹ ਹੋ ਗਿਆ, ਦਾੜੀ ਆ ਗਈ। ਜਦੋਂ ਉਹ ਗਏ ਨੇ ਤੁਹਾਡਾ ਵਿਆਹ ਹੋਇਆ ਸੀ? ਹਾਂ। ਕਿਹੜੇ ਪਿੰਡ ਵਿਆਹ ਹੋਇਆ ਸੀ ਤੁਹਾਡਾ? ਵਿਆਹ ਮੇਰਾ ਵੈਦ ਧਰਮਕੋਟ ਬਲਾੜਾ ਸੰਧੂ। ਅੱਛਾ, ਧਰਮਕੋਟ ਮੇਰਾ ਵਿਆਹ। ਅੱਛਾ ਬਜ਼ੁਰਗੋ, ਜਦੋਂ ਆਪਸ 'ਚ ਮੁਸਲਮਾਨਾਂ ਦਾ ਵਿਆਹ ਹੁੰਦਾ ਸੀ ਜਾਂ ਸਿੱਖਾਂ ਦਾ, ਆਪਸ 'ਚ ਆਉਣ ਜਾਣ ਹੁੰਦੀ ਸੀ?
ਕੋਠੀ ਜਾਣਾ ਔਖਾ ਅੱਛਾ ਜੀ ਮੈਂ ਛੋਟਾ ਜਿਹਾ ਸਾਂ ਤੇ ਆਪਣੀ ਮਾਂ ਦੇ ਨਾਲ ਗਿਆ ਸਾਂ ਇਹਦੀ ਕੁੜੀ ਦਾ ਵਿਆਹ ਸੀ ਸਰਦਾਰ ਮੰਗਲ ਸਿੰਘ ਦੀ ਜਨਾਨੀ ਦੇ ਦੰਦ ਉੱਚੇ ਸਨ ਬਜ਼ੁਰਗ ਪਤਾ ਲੱਗਿਆ ਕਿ ਉਹਦਾ ਕਾਫਲਾ ਜਿਹੜਾ ਸਰਦਾਰ ਮੰਗਲ ਸਿੰਘ ਦਾ ਇੱਥੋਂ ਨਿਕਲਿਆ ਸੀ ਗਿਆ ਜੁਮਾ ਵਾਲੀ ਦਾਦੇਪੁਰ ਉਹਦੀ ਕਹਾਣੀ ਦੱਸੋ ਕੀ ਹੋਇਆ ਸੀ ਉਹਨੂੰ ਇੱਥੋਂ ਦਾਦੇਪੁਰ ਜੁਮਾ ਵੀ ਸਖਰ ਦੇ ਗਿਆ ਖੈਰੀ ਉੱਥੇ ਜਾ ਕੇ ਚੋਰੀ ਪੁਲਿਸ ਪਈ ਹੈ ਜਾਂ ਕੋਈ ਬਲਾ ਪਈ ਅੱਗੋਂ ਡੱਕ ਲਿਆ ਅੱਛਾ ਡੱਕ ਕੇ ਫਿਰ ਚੋਰੀ ਉੱਥੇ ਉਹ ਲੁੱਟੇ ਗਏ ਨੇ ਮਾਰੇ ਗਏ ਨੇ ਕੋਈ ਕਿਤੇ ਗਿਆ ਕੋਈ ਪਿੱਛੋਂ ਆਇਆ ਕੋਈ ਇਹਨਾਂ ਨੇ ਮਸ਼ੀਨ ਗਨ ਲਾਈ ਸੀ ਆਪਣੀ ਗੱਡੀ ਦੇ ਉੱਤੇ ਉੱਤੇ ਸਰਦਾਰ ਦੇ ਮੁੰਡੇ ਨੇ ਮੈਂ ਚੂਪ ਮੇਰੇ ਕੋਲ ਵੱਜਣਾ ਕੋਈ ਨੀ ਹਾਂਜੀ ਮਸ਼ੀਨ ਗਨਾ ਲਾ ਕੇ ਲੋਕਾਂ ਵੱਲ ਸਿੱਧੀਆਂ ਕਰੇ ਇਹ ਫਿਰ ਕਹਾਣੀ ਘੜੀ ਗਈ ਹੈ ਜਿਹਨਾਂ ਨੇ ਮਾਰਿਆ ਉਹਨਾਂ ਨੇ ਝੂਠ ਮਾਰਿਆ ਮਾਰਿਆ ਉਹਨਾਂ ਸਿੱਖ ਕਰਕੇ ਮਾਰਿਆ ਚਾਹੇ ਹਿੰਦੂ ਮੁਸਲਮਾਨ ਕਰਕੇ ਲੜਾਈ ਕੋਈ ਨੀ ਬੇਸਾਬ ਦੁਨੀਆਂ ਮਰੀ ਬੇਸਾਬ ਹੀ ਨਸ ਗਈ ਸਰਦਾਰ ਮੰਗਲ ਸਿੰਘ ਦਾ ਮੁੰਡਾ ਨਸ ਗਿਆ ਸੀ ਜਿਹੜਾ ਜੈਲਦਾਰ ਸੀ ਉਹ ਮਾਰਿਆ ਗਿਆ ਸੀ ਉਹ ਜਿਹੜਾ ਕਾਰੋਬਾਰ ਕਰਨਾ ਅੱਛਾ ਉਹ ਸਰਦਾਰ ਦਾ ਕੀ ਲੱਗਦਾ ਸੀ ਮੈਨੂੰ ਰਿਸ਼ਤੇਦਾਰੀ ਦਾ ਪਤਾ ਨੀ ਜੈਲਦਾਰੀ ਲੋਕ ਅੱਛਾ ਰਿਸ਼ਤੇਦਾਰ ਸੀ ਹੋਵੇਗਾ ਆਪਣੇ ਘਰ ਖੜਕਾ ਰੰਦੀ ਦਾ ਬਾਜ ਆਉਂਦਾ ਸੂਏ ਲੱਗੇ ਨੇ ਆ ਸੂਆ ਲੰਘਦਾ ਪਾੜ ਪਾੜ ਅੱਛਾ ਇਹ ਸੂਏ ਲੱਗੇ ਨੇ ਸਿੱਧੇ ਗਏ ਨੇ ਇੱਥੋਂ ਚਿੱਟੀ ਸਾਧੂ ਜਾਂਦਾ ਵਾਪਸ ਆ ਗਈ ਦੁਨੀਆ ਉਧਰੋਂ ਨਾ ਜੀ ਨਾ ਤੁਰੇ ਗਏ ਨੇ ਸਿੱਧੇ ਅੱਛਾ ਜਿਹੜਾ ਲਾਲੇਪੁਰ ਜੂਆਂ ਵਾਲੀ ਇਹਨਾਂ ਪਿੰਡਾਂ ਨੰਗੇ ਨੇ ਹਾਂਜੀ ਉੱਥੇ ਪਈ ਹੈ ਪੁਲਿਸ ਪੁਲਿਸ ਨੇ ਫਿਰ ਇੰਨਾ ਮਾਰਿਆ ਦੁਨੀਆ ਨੇ ਬੰਦੇ ਮਰੇ ਵੀ ਬੜੇ ਸਨ ਤੇ ਨਸ ਵੀ ਬੜੇ ਗਏ ਸਰਦਾਰ ਮੰਗਲ ਸਿੰਘ ਮੁੜ ਕੇ ਕੋਈ ਆਪਣਾ ਪਿੰਡ ਵੇਖਣ ਆਇਆ ਆਈ ਧੀ ਵਾਰੀ ਧੀ ਆਈ ਸੀ ਧੀ ਆਈ ਇਹਦੇ ਨਾਲ ਦੋਤਰਾ ਆਇਆ ਤੇ ਨਾਲ ਦੋਤਰੇ ਨੂੰ ਆਈ ਅੱਛਾ ਤੁਹਾਨੂੰ ਮਿਲੀ ਸੀ ਜੀ ਅੱਛਾ ਤੁਸੀਂ ਪਛਾਣੀ ਵੀ ਅਸਾਂ ਕੀ ਪਛਾਣੇ ਜੀ ਉਹ ਕੋਈ ਬਾਹਰ ਫਿਰਦੇ ਨਹੀਂ ਨਹੀਂ ਜਦੋਂ ਵਿਆਹ ਸ਼ਾਦੀ ਉਹਨਾਂ ਦੇ ਵੇਖੀਆਂ ਤੁਸੀਂ ਨਹੀਂ 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 ਮੇਰਾ ਬਾਹਰ ਨਹੀਂ ਸਨ ਉਹਨੇ ਫਿਰ ਕੀ ਦੱਸਿਆ ਕਿੱਥੇ ਜਾ ਕੇ ਬੈਠੇ ਨੇ ਉਹਨੇ ਕੀ ਦੱਸਣਾ ਹੋਰ ਦੁਨੀਆਂ ਥੋੜੀ ਸੀ ਨਹੀਂ ਨਹੀਂ ਉਹਨੇ ਤੁਹਾਨੂੰ ਨਾਲ ਗੱਲਬਾਤ ਕੀਤੀ ਹੋਣੀ ਕੋਈ ਗੱਲ ਨਹੀਂ ਉਸ ਕਿਸੇ ਨਾਲ ਕੀਤੀ ਨਾ ਬਾਤ ਕਹਿੰਦੇ ਆ ਕੇ ਕੋਠੀ ਨੂੰ ਵੇਖ ਕੇ ਰੋਂਦੀ ਸੀ ਰੋਂਦੀ ਮੈਂ ਅੱਖਾਂ ਨਾਲ ਵੇਖੀ ਕਹਿੰਦੇ ਇੱਥੇ ਗੁਜਰਾਂ ਨੇ ਪਾਥੀਆਂ ਲਾਈਆਂ ਸੀ ਪੌੜੀਆਂ ਤੇ ਖਲੋ ਕੇ ਨਾ ਤੇ ਰੋਂਦੀ ਜੀ ਤੇ ਪਾਥੀਆਂ ਲਾਈਆਂ ਤੇ ਪਿੱਠੀ ਪਈ ਹੁਣ ਫੇਰ ਕੋਠੀ ਤੇ ਰੋਜ ਆਏ ਅੱਛਾ ਹੁਣ ਤੇ ਫੇਰ ਕੋਠੀ ਜਾ ਕੇ ਦੇਖੋ ਤੇ ਉਹਨੂੰ ਵੀ ਸੁਣੀ ਜੀ ਮੈਂ ਉਹਦੀ ਅੱਛਾ ਤੇ ਸਾਰੀ ਕੋਠੀ ਉਹਦੇ ਤੇ ਕੋਠੀ ਜੀ ਨਾ 48 ਕਮਰੇ ਤੇ ਹੁਣ ਤੇ ਸਾਰੇ ਹੀ ਕਮਰੇ ਹੀ ਕਮਰੇ ਅੱਛਾ ਹੁਣ ਤੇ ਚੌੜੀ ਉਹ ਤੇ ਰੰਗ ਹੀ ਹੋਰ ਹੋ ਗਿਆ ਉਹ ਜਿਹੜੇ ਬੈਠੇ ਸਨ ਆ ਕੇ ਕਰਨ ਵਾਲੀ ਮਾੜੇ ਕੱਪੜੇ ਤੇ ਮਾੜੇ ਬੰਦੇ ਤੇ ਉਹ ਐਸੇ ਮੇਰੇ ਸਰਦਾਰ ਬਣ ਕੇ ਬੈਠੇ ਨਹੀਂ ਉਹਨੇ ਕੋਈ ਗੱਲਬਾਤ ਦੱਸੀ ਪਿੰਡ ਵਾਲਿਆਂ ਨੂੰ ਕਿ ਕਿਹੜੇ ਪਾਸੇ ਸਰਦਾਰ ਜਾ ਕੇ ਵਸਿਆ ਉੱਥੇ ਕਿਹੜੇ ਜ਼ਿਲ੍ਹੇ 'ਚ ਮੈਂ ਕਿਹਾ ਕੋਈ ਬੰਦਾ ਸਰਦਾਰ ਦਾ ਪਰ ਕੇ ਇਸ ਪਿੰਡ 'ਚ ਆਇਆ
ਚੋਰੀ ਮਾਰਨਾ ਜਿਸ ਮਾਰ ਨਹੀਂ ਨਹੀਂ ਉਹਦੀ ਕੁੜੀ ਨੇ ਵੀ ਨਹੀਂ ਦੱਸਿਆ ਤੂੰ ਕੁੜੀ ਕੁੜੀ ਚੋਰੀ ਦੱਸਿਆ ਸੀ ਖੜੇ ਕਿੱਥੇ ਜਾ ਕੇ ਜਿੱਥੇ ਵਿਆਹੀ ਆ ਸਾਨੂੰ ਅੱਛਾ ਉੱਥੇ ਦਾ ਨਾਮ ਮੈਨੂੰ ਭੁੱਲ ਗਿਆ ਉਸ ਤੋਂ ਬਾਅਦ ਉਹਨਾਂ ਦਾ ਮੁੰਡਾ ਛੁੰਡਾ ਕੋਈ ਨੀ ਆਇਆ ਪੋਤਾ ਮੁੰਡਾ ਨਾ ਮੰਗਲ ਸਿੰਘ ਕੋਈ ਵਾਪਸ ਫਰਦ ਕੇ ਬੰਦਾ ਮੈਂ ਨੀ ਵੇਖਿਆ ਮੈਂ ਵੀ ਇੱਥੇ ਹੀ ਆਵਾਂ ਬਜ਼ੁਰਗਾਂ ਦੀ ਕਹਾਣੀ ਦੱਸੋ ਸਰਦਾਰ ਮੰਗਲ ਸਿੰਘ ਦੀ ਕਿ ਗਰੀਬਾਂ ਨਾਲ ਕਿਵੇਂ ਦਾ ਸੀ ਵਰਤਾਓ ਉਹਦਾ ਕੋਈ ਉੱਥੋਂ ਦਾ ਕੰਮੀ ਜਿਹੜਾ ਹੁੰਦਾ ਸੀ ਉਹਨਾਂ ਨਾਲ ਕਿਵੇਂ ਵਰਤਾਓ ਹੁੰਦਾ ਸੀ ਉਹਦਾ ਵਰਤਾਓ ਡੰਗਰ ਚ ਬਣਾਇਆ ਕੋਈ ਨੀ ਕੋਈ ਜਗ੍ਹਾ ਤੇ ਕੋਈ ਸਕੂਲ ਸਕਾਲ ਉਸ ਬਣਾਇਆ ਕੋਈ ਨੀ ਨਹੀਂ ਬਣਾਇਆ ਨਾ ਨਾ ਇੱਕ ਭੈਣਾ ਜਿਹਾ ਸਕੂਲ ਸੀ ਵੀ ਗਏ ਕੁਛ ਉਹ ਵੀ ਨਾ ਨਹੀਂ ਕਰਾਇਆ ਅੱਛਾ ਸਕੂਲ ਨਾ ਨਹੀਂ ਕਰਾਇਆ ਪਿੰਡ ਦੇ ਵਿਚ ਆਪਣਾ ਕੋਠਾ ਨੀ ਕੋਈ ਛੱਤ ਨਹੀਂ ਕੋਈ ਛੱਤ ਸਕਦਾ ਯਾਰ ਦੇਣਾ ਨੇ ਸਾਨੂੰ ਜ਼ਮੀਨੇ ਸਦਵਾਉਣੀ ਲੋਕਾਂ ਕੋਲ ਕਿਉਂ ਜੀ ਜਦੋਂ ਆਪਣੇ ਘਰ ਵਿੱਚ ਨੌਕਰ ਰੱਖੇਗਾ ਉਹਨਾਂ ਨੂੰ ਕੋਠੇ ਨੀ ਦੇਣੇ ਆਹ ਪਿੰਡ ਜਿਹੜਾ ਨਾ ਆਹ ਪਿੰਡ ਇਹ ਮੈਂ ਨਿਕਲ ਜਾ ਸਕਦਾ ਪਿੰਡ ਜਿਹੜਾ ਹੈ ਇਹ ਮੁਰੰਮਤ ਹੁੰਦਾ ਸੀ ਅੱਛਾ ਅੱਛਾ ਇਹਦਾ ਨਾਂ ਹੈ ਨਵਾਂ ਪਿੰਡ ਨਵਾਂ ਪਿੰਡ ਉਹ ਜਿਹੜਾ ਪੁਰਾਣਾ ਪਿੰਡ ਸਹੀ ਹੋ ਗਿਆ ਰੋਜ਼ੇਦਾਰ ਕਿਸੇ ਨੂੰ ਕੋਈ ਤਕਲੀਫ ਨਹੀਂ ਦੇਣੀ ਬਹੁਤ ਚੰਗਾ ਆਦਮੀ ਸੀ ਜੇ ਖਲਕਤ ਦੇ ਹਿਸਾਬ ਨਾਲ ਬੜੇ ਖੁਲਕ ਵਾਲਾ ਬਣ ਸਹੀ ਹੋ ਗਿਆ ਹਲੇ ਵੀ ਯਾਦ ਆਉਂਦਾ ਤੁਹਾਨੂੰ ਲੋ ਇੱਥੇ ਆਪਣੇ ਘਰ ਬੈਠੇ ਹਨ ਇੱਥੇ ਘਰ ਵਾਲਾ ਜਿਹੜਾ ਸਰਦਾਰ ਹੈ ਉਹ ਯਾਦ ਪਿਆ ਆਉਂਦਾ ਤੇ ਉਹ ਮੁਲਕ ਦਾ ਸਰਦਾਰ ਵਾਹ ਜੀ ਵਾਹ ਜੇ ਬਾਬਾ ਜੀ ਤੁਹਾਡੀ ਵੀਡੀਓ ਵੇਖ ਕੇ ਉਹ ਰਾਬਤਾ ਕਰਨ ਕੇ ਸਾਡੀ ਬਾਬੇ ਨਾਲ ਗੱਲ ਕਰਾਓ ਗੱਲ ਕਰੋਗੇ ਉਹਨਾਂ ਦੇ ਖਾਨਦਾਨ ਨਾਲ ਹਾਂ ਦਿਲ ਕਰਦਾ ਗੱਲ ਕਰਨ ਨੂੰ ਕਰਦਾ ਲੈ ਵਾਹ ਜੀ ਵਾਹ ਤੁਹਾਡੀ ਨਜ਼ਰ ਕਿਦੋਂ ਦੀ ਗਈ ਹੈ ਨਜ਼ਰ ਗਈ ਨੂੰ 32 ਸਾਲ ਹੋ 32 ਸਾਲ ਹਾਂ ਕੀ ਹੋਇਆ ਸੀ ਮੈਂ ਕੜਾ ਡਿੱਗ ਪਿਆ ਗੁੜ ਕਾਟ ਹਾਂਜੀ ਗੁੜ ਕਾਟ ਦਾ ਕੜਾ ਚ ਮੂੰਹ ਫਰ ਡਿੱਗ ਪਿਆ ਅੱਛਾ ਕੜਾ ਦੇ ਵਿੱਚ ਹਾਂ ਆ ਬਾਹ ਜਿਹੜੀ ਮੇਰੀ ਇਹ ਚੁੱਕਾ ਕਰ ਇਹ ਵਿੱਚ ਸਾਡੀ ਉਦੋਂ ਦੀ ਅੱਖਾਂ ਦੀ ਨੋਸ਼ਨੀ ਚਲੀ ਗਈ ਤੇ ਅੱਖਾਂ ਦੀ ਫੇਰ ਉਹਨਾਂ ਨੇ ਆਪ ਕੇ ਕੇ ਜਿਹੜੀ ਉਹਨੇ ਸੇਲਾ ਬਣ ਗਏ ਹੋਰ ਹੋਰ ਬਜ਼ੁਰਗਾਂ ਨੂੰ ਨਜ਼ਰ ਨਹੀਂ ਆਉਂਦਾ ਫਿਰ ਵੀ ਅੱਜ ਸਰਦਾਰ ਮੰਗਲ ਸਿੰਘ ਨੂੰ ਉਵੇਂ ਹੀ ਵੇਖਦੇ ਨੇ ਜਿਵੇਂ ਇਹਨਾਂ ਨੇ ਜਵਾਨੀ ਚ ਵੇਖਿਆ ਹੋਣਾ ਉਵੇਂ ਨਜ਼ਰ ਆ ਰਿਹਾ ਇਹਨਾਂ ਨੂੰ ਤੇ ਕੋਸ਼ਿਸ਼ ਕਰਿਓ ਜੀ ਤੁਸੀਂ ਪਿੰਡ ਦੇ ਮੁੜ ਕੇ ਨਹੀਂ ਆਏ ਸ਼ਾਇਦ ਤੁਹਾਡੀ ਰਾਬਤਾ ਹੋ ਜਾਏ ਬਜ਼ੁਰਗਾਂ ਨਾਲ ਇਹਨਾਂ ਨਾਲ ਗੱਲ ਕਰੋ ਬਜ਼ੁਰਗਾਂ ਦਾ ਬੜਾ ਦਿਲ ਕਰਦਾ ਸਰਦਾਰ ਮੰਗਲ ਸਿੰਘ ਦੀ ਫੈਮਿਲੀ ਨਾਲ ਗੱਲ ਕਰਨ ਨੂੰ ਇੱਕ ਹੋਰ ਗੱਲ ਹੈ ਹਾਂਜੀ ਨਾਂ ਸਰਦਾਰ ਮੰਗਲ ਸਿੰਘ ਨਾ ਸਰਦਾਰ ਮੰਗਲ ਸਿੰਘ ਦਾ ਕੋਈ ਪੁੱਤਰ ਮੈਂ ਇੱਥੇ ਜਾਣਦਾ ਨਾ ਜਦੋਂ ਕਾਲ ਘਰਾਂ ਦੇ ਘਰ ਮਰ ਗਏ ਅੱਛਾ ਤੇ ਉਹਦੇ ਵਿੱਚ ਮਰੀ ਗਏ ਹੁਣ ਸ਼ਾਇਦ ਉਹਦੇ ਪੋਤੇ ਹੋਣਗੇ ਪੋਤੇ ਹੋਣਗੇ ਇੱਥੋਂ ਦਾ ਮਾਕਮ ਕੋਈ ਨਹੀਂ ਉਹਦੇ ਪੁੱਤਰ ਗੱਲਾਂ ਤੇ ਸੁਣਨਗੇ ਨਾ ਆਪਣੇ ਬਜ਼ੁਰਗਾਂ ਦੀਆਂ ਹਾਂ ਕਿਹੜੀ ਕਿਹੜੀ ਅਛਾਈ ਉਹਨਾਂ ਨੇ ਕੀਤੀ ਬੜਾ ਸਰਦਾਰ ਮੰਗਲ ਸਿੰਘ ਬੜਾ ਨੇਕ ਬੰਦਾ ਸੀ ਬੁਰੇ ਆਦਮੀ ਨੂੰ ਪਿੰਡ ਕਸ਼ਮੀਰੀ ਨੂੰ ਤੇ ਪਿੰਡ ਹੀ ਨਹੀਂ ਸੀ ਜਾਣਦੇ ਅੱਛਾ ਬਾਟ ਜਿਹੜੇ ਨੇ ਨਾ ਇਹਨਾਂ ਨੂੰ ਆਪਣੇ ਪਿੰਡ ਜਿੰਨੇ ਛੇ ਬਰਤਨ ਵਾਹ ਜੀ ਵਾਹ
ਠੀਕ ਹੋ ਗਿਆ ਬਜ਼ੁਰਗੋ? ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਬੜਾ ਚੰਗਾ ਬੰਦਾ।